ਜਾਓ ਕਰੋ ਰੈਸਟ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਨਗਰ ਨਿਗਮ ਦੇ ਜ਼ੋਨ ਏ ਦਫ਼ਤਰ ਨੂੰ ਤਾਲਾ ਝੜ ਦਿੱਤਾ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਵਰਕਰ ਮੌਜੂਦ ਸੀ, ਜਿਨ੍ਹਾਂ ਦੀ ਪੁਲਿਸ ਦੇ ਨਾਲ ਝੜਪ ਹੋ ਗਈ। ਇੰਨਾ ਹੀ ਨਹੀਂ, MP ਰਵਨੀਤ ਸਿੰਘ ਬਿੱਟੂ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪੁਲਿਸ ਦੇ ਨਾਲ ਬਹਿਸਬਾਜ਼ੀ ਵੀ ਹੋਈ ਤੇ ਧੱਕਾ ਮੁੱਕੀ ਵੀ। ਜ਼ਿਕਰ ਇਹ ਖਾਸ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ MP ਰਵਨੀਤ ਸਿੰਘ ਬਿੱਟੂ ਲਗਾਤਾਰ ਵੱਖ ਵੱਖ ਇਲਾਕਿਆਂ ਦੇ ਵਿੱਚ ਸਫ਼ਾਈ ਤੇ ਹੋਰ ਕੰਮਾਂ ਦੇ ਨਾ ਹੋਣ ਕਰਕੇ ਮੀਟਿੰਗਾਂ ਕਰ ਰਹੇ ਨੇ। ਇਸ ਤੋਂ ਪਹਿਲਾਂ MP ਬਿੱਟੂ ਨਿਗਮ ਦੇ ਵਿੱਚ ਜਾਲੀ ਤਨਖਾਹ ਦਾ ਘੁਟਾਲਾ ਮਾਮਲਾ, ਗਲਾਡਾ ਦੇ ਵਿੱਚ ਜਾਲੀ SCO ਦਾ ਮਾਮਲਾ ਉਠਾ ਚੁੱਕੇ ਨੇ। ਇੰਨਾ ਹੀ ਨਹੀਂ, ਇਲਜ਼ਾਮ ਇਹ ਵੀ ਨੇ ਕਿ ਨਿਗਮ ਚੋਣਾਂ ਦੇ ਨਾ ਹੋਣ ਕਾਰਨ ਵਿਧਾਇਕ ਆਪਣੀ ਮਰਜ਼ੀ ਕਰ ਰਹੇ ਨੇ, ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੇ ਲਈ ਧੱਕੇ ਖਾਣੇ ਪੈ ਰਹੇ ਨੇ ਤੇ ਸ਼ਹਿਰ ਦੇ ਵਿੱਚ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਦੇ ਨਾਲ ਵਿਗੜੀ ਹੋਈ ਹੈ। MP ਰਵਨੀਤ ਬਿੱਟੂ ਰੋਸ ਪ੍ਰਗਟਾਉਂਦੇ ਹੋਏ ਮਾਨ ਸਰਕਾਰ ਤੇ ਜੰਮ ਕੇ ਵਰੇ ਤੇ ਨਿਗਮ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ। ਮੈਂ ਮੀਡੀਆ ਦੇ ਸਾਹਮਣੇ ਕਹਿਣਾ ਚਾਹੁੰਦਾ, ਜੇ ਹਿੰਮਤ ਸੀ ਤਾਂ ਇਲੈਕਸ਼ਨ ਕਰਾਉਂਦੇ, ਜੇ ਹਿੰਮਤ ਸੀ ਤਾਂ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਉਂਦੇ, ਜੇ ਕੰਮ ਕੀਤੇ ਸੀ। ਅੱਜ ਸਾਲ ਹੋ ਗਿਆ ਤੁਹਾਨੂੰ ਪਕੌੜੇ ਹੋਇਆਂ ਨੂੰ, ਤੁਸੀਂ ਤਾਂ ਮੂੰਹ ਲਿਖਣ ਜੋਗੇ ਨਹੀਂ ਕਿਤੇ। ਗੱਲ ਤਾਂ ਕਰੋ ਜਾ ਕੇ। ਮੈਂ ਉਹ ਵਲੰਟੀਅਰ ਨੂੰ ਕਹਿਣਾ ਚਾਹੁੰਦਾ ਜਿਹੜੇ ਇਹਨਾਂ ਦੀ ਇਲੈਕਸ਼ਨ ਲੜਨਾ ਚਾਹੁੰਦੇ ਸੀ, ਉਹ ਤੁਸੀਂ ਹੁਣ ਕਿੱਥੇ ਚਲੇ ਗਏ? ਆਪ ਤਾਂ MLA ਸਰਕਾਰ ਬਣਾ ਕੇ ਬਹਿ ਗਏ, ਜਿਹੜੀਆਂ ਤੁਸੀਂ ਜਿਹਨਾਂ ਨੇ ਬਣਾਈ ਸੀ ਉਹ ਹੁਣ ਕਿੱਥੇ ਨੇ? ਜਿਹੜੇ ਕਾਉਂਸਲਰ ਬਣਦੇ ਸੁਪਨੇ ਲੈਂਦੇ ਸੀ ਉਹ ਕਿੱਥੇ ਨੇ ਹੁਣ? ਤੇ ਉਹ ਸਾਨੂੰ ਟੈਲੀਫੋਨ ਕਰਦੇ ਆ, ਡਾਵਰ ਸਾਹਿਬ ਨੂੰ, ਸੰਜੇ ਜੀ ਨੂੰ, ਆਸ਼ੂ ਜੀ ਨੇ, ਚੀਮਾ ਸਾਹਿਬ ਨੂੰ, ਮੇਅਰ ਸਾਹਿਬ ਨੂੰ, ਸਾਰੇ ਕਾਉਂਸਲਰਾਂ ਨੂੰ ਵੀ ਅਸੀਂ ਤੁਹਾਨੂੰ ਜੁਆਇਨ ਕਰਨਾ ਚਾਹੁੰਦੇ ਹਾਂ ਜੀ, ਦੁਬਾਰਾ ਸਾਨੂੰ ਇਲੈਕਸ਼ਨ ਜਿਹੜੀ ਆ ਤੁਹਾਡੇ ਵੱਲੋਂ ਲੜਨੀ ਆ, ਕਿਉਂਕਿ ਇਹਨਾਂ ਨੇ ਤਾਂ ਸਾਨੂੰ ਝੂਠੇ ਖਾਬ ਦਿਖਾ ਕੇ ਲੈ ਗਏ ਸੀ। ਪਰ ਇੱਕ ਨੂੰ ਜੁਆਇਨ ਨਹੀਂ ਕਰਾਉਂਦੇ, ਇੱਕ ਨੂੰ ਜੁਆਇਨ। ਆਹ ਸਿਪਾਹੀ ਨੇ ਜਿਹੜੇ ਸਾਡੇ ਖੜੇ ਨੇ, ਔਖੇ ਬੜੇ ਸਾਡੇ ਨਾਲ ਖੜੇ ਰਹੇ ਆ, ਇਹਨਾਂ ਦੀ ਬਾਂਹ ਫੜ ਕੇ ਰੱਖਣਗੇ, ਇਹਨਾਂ ਨੂੰ ਅਸੀਂ ਬਣਾਵਾਂਗੇ। ਜਿਹੜੇ ਦੋਪਲੇ ਨੇ ਉਹਨਾਂ ਤੋਂ ਸਾਰੇ ਹੀ ਬਚ ਕੇ ਰਹੋ। ਹੁਣ ਭਾਈ ਪਹਿਲੀ ਵਾਰ ਹੋਇਆ ਇਹ, ਤੁਸੀਂ ਨਾ ਇਹਨਾਂ ਦਾ ਸਾਥ ਦਿਓ, ਤੁਸੀਂ ਸਾਡੇ ਭਰਾ ਹੋ ਵਰਦੀ ਵਾਲੇ, ਇਹ ਪਹਿਲੀ ਵਾਰ ਹੋਇਆ। ਕੋਈ ਅੱਜ ਤੱਕ ਇੱਕ ਵੀ ਪ੍ਰੋਜੈਕਟ ਮੈਨੂੰ ਦੱਸ ਦਿਓ ਜਿਹੜਾ ਆਇਆ ਹੋਵੇ। ਐਗਜ਼ੀਬਿਸ਼ਨ ਸੈਂਟਰ ਕੱਲ ਆਸ਼ੂ ਸਾਰੇ ਅਸੀਂ ਗਏ, ਡਾਵਰ ਸਾਹਿਬ ਉੱਥੇ, ਉਹ ਫੇਰ ਵਿਚਾਰੇ ਟੈਂਟਾਂ 'ਚ ਬੈਠੇ ਆ, ਸੰਜੇ ਫੇਰ ਉਹ ਟੈਂਟਾਂ 'ਚ ਬੈਠੇ ਆ ਵਿਚਾਰੇ, ਜਿਹਨਾਂ ਨੂੰ ਐਗਜ਼ੀਬਿਸ਼ਨ ਸੈਂਟਰ ਅਸੀਂ ਲੈ ਕੇ ਆਏ ਸੀ। ਐਸੀਆਂ ਚੀਜ਼ਾਂ ਜਿਹੜੀਆਂ ਉਹ ਬਣਾਉਣ ਵਾਲੀਆਂ ਗੱਲਾਂ ਤੁਹਾਡੇ ਮੂਹਰੇ ਰੱਖਣਗੇ, ਪਰ ਅੱਜ ਜਿਹੜਾ ਨਹੀਂ ਦਿੰਦਾ ਤਾਂ ਫਿਰ MLA ਤਿਆਰ ਰਹਿਣੇ ਨੇ ਜਿਹੜੀਆਂ ਜੇਬਾਂ 'ਚੋਂ, ਇਹਨਾਂ ਦੀਆਂ ਤਨਖਾਹਾਂ 'ਚੋਂ ਜਿਹੜਾ 1000 ਰੁਪਈਆ ਉਹ ਕੱਢਣ ਅਸੀਂ ਜਾਣਦੇ ਹਾਂ, ਜਿਹੜਾ 2500 ਰੁਪਈਆ ਕਿਹਾ ਸੀ ਇਹਨਾਂ ਦੀਆਂ ਜੇਬਾਂ 'ਚੋਂ ਕੱਢੋ, ਜਿਹੜੇ ਵਾਅਦੇ ਕਰਕੇ ਗਏ ਸੀ, ਇਹਨਾਂ ਨੂੰ ਤਨਖਾਹ ਕਿਉਂ ਮਿਲੇ ਜੀ? ਜਿਹੜੇ ਮੋਹਰਾਂ ਵਾਸਤੇ ਲੋਕ ਤੜਫਦੇ ਫਿਰਦੇ ਆ, NOC ਬਾਰੇ ਤੜਫਦੇ ਫਿਰਦੇ ਆ, ਉਹ ਸਾਰਾ ਕੁਛ ਇਹਨਾਂ ਦੇ ਘਰਾਂ ਤੋਂ ਬਰਾਮਦ ਹੋਊਗਾ, ਜਿਹੜੇ ਇਹਨਾਂ ਨੇ ਆਟੇ ਦਾਲ ਦੇ ਕੱਟੇ ਆ ਤੇ ਇਹਨਾਂ ਦੇ ਘਰੇ ਰੋਟੀ ਪੱਕੀ ਹੁੰਦੀ। ਇਹ ਦੂਜਿਆਂ ਨੂੰ ਗੱਲਾਂ ਮਾਰਦੇ ਆ, ਸਰਕਾਰ ਦੀਆਂ ਕਦੇ ਬੱਸਾਂ ਖੋ ਕੇ ਲੈ ਗਏ। ਮੈਂ ਕਮਿਸ਼ਨਰ ਸਾਹਿਬ ਨੂੰ ਚਿੱਠੀਆਂ ਲਿਖ ਲਿਖ ਸਕਦੇ ਆ, ਤੁਹਾਨੂੰ ਮੈਂ ਮੀਡੀਆ ਰਾਹੀਂ ਤੁਹਾਨੂੰ ਬੋਲ ਬੋਲ ਸਕਦੇ ਆ, ਪਰ ਤੁਹਾਡੇ ਜਨੂੰਨ ਨਹੀਂ ਰਹੀ, ਤੁਸੀਂ ਬਿਲਕੁਲ ਖੋਲੇ ਟੇਕੇ ਹੋਏ ਆ, ਤੁਹਾਨੂੰ ਕੋਈ ਪ੍ਰਵਾਹ ਨਹੀਂ ਗਈ ਇਸ ਲੁਧਿਆਣੇ ਸ਼ਹਿਰ ਦੀ, ਤੁਹਾਨੂੰ ਸਿਰਫ 6 ਬੰਦਿਆਂ ਨੂੰ ਪ੍ਰਸ਼ਨ ਕਰਨ ਤੋਂ ਸਿਵਾਏ ਤੁਹਾਨੂੰ ਹੋਰ ਕੋਈ ਕੰਮ ਨਹੀਂ ਆਉਂਦਾ। ਇਹ ਕਦੇ ਕਿਸੇ ਕਾਰਪੋਰੇਸ਼ਨ ਕਮਿਸ਼ਨ ਨੇ ਨਹੀਂ ਕੀਤਾ ਸੀ, ਸਭ ਦੀ ਸੁਣਵਾਈ ਹੁੰਦੀ ਸੀ, ਪਰ ਤੁਸੀਂ ਸਿਰਫ ਉਹਨਾਂ ਦੇ ਮਗਰਮੇ ਦੇ ਪਿੱਠੂ ਬਣੇ ਹੋਏ ਹੋ, ਉਹ ਚੂਰ ਚੂਰ ਕਰਕੇ ਤੁਹਾਨੂੰ ਲਈ ਕਰਦੇ ਆ। ਨੌਕਰੀ ਤੁਹਾਨੂੰ ਹੋਰ ਵੀ ਕਿਤੇ ਮਿਲ ਜਾਏਗੀ, ਪੋਸਟਿੰਗ ਤੁਹਾਨੂੰ ਹੋਰ ਵੀ ਕਿਤੇ, ਇਹਨਾਂ ਕਰਕੇ ਨਹੀਂ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਤੁਹਾਡਾ ਕੰਮ ਸੁਧਾਰਨਾ।